ਪਰਾਲੀ ਨੂੰ ਅੱਗ ਲਾਉਣ ਹੋਰ ਵੱਢਤਾ ਝੋਨਾ ਹੋਰ ਬਾਈ ਝੋਨਾ ਵੱਢਤਾ ਅੱਛਾ ਆ ਮੌਸਮ ਜਿਆ ਖਰਾਬ ਸੀ ਹਾਂ ਸੁਣਿਆ ਕਿਤੇ ਵੀ ਆਪਣਾ ਪਰਾਲੀ ਨਾ ਖਰਾਬ ਹੋ ਜਾਏ ਅੱਛਾ ਸੁਣਿਆ ਅੱਗੀ ਲਾ ਚਲੀਏ ਅੱਛਾ ਅੱਛਾ ਚਲ ਮਾਰ ਚਲੀਏ ਨੂੰ ਲੈ ਚੱਲੇ ਨਾਲ ਠੀਕ ਹੈ ਠੀਕ ਹੈ ਬਸ ਤੂੰ ਦੱਸ ਪਰਾਲੀ ਨਾ ਝੋਨਾ ਨਹੀਂ ਉਹ ਨਾ ਭਰਾਵਾ 4-5 ਸਾਲ ਹੋ ਗਏ ਮੈਂ ਤਾਂ ਕਦੇ ਪਰਾਲੀ ਨੂੰ ਅੱਗ ਨਹੀਂ ਲਾਈ 4-5 ਸਾਲ ਹੋ ਗਏ ਬਾਈ ਜਮੇ ਨਹੀਂ ਅੱਗ ਲਾਈ ਜਮੇ ਨਹੀਂ ਲਾਈ ਹੈ ਤੇ ਫਿਰ ਤੂੰ ਇੰਨੀ ਪਰਾਲੀ ਦਾ ਕਰਦਾ ਕੀ ਆ ਬਾਈ ਓਏ ਕਰਨਾ ਕੀ ਆ ਹੁਣ ਤਾਂ ਬਹੁਤ ਸਾਰੀਆਂ ਤਕਨੀਕਾਂ ਆ ਪਰ ਮੈਂ ਪਰਾਲੀ ਨੂੰ ਅੱਗ ਲਾਉਂਦਾ ਕਿਉਂ ਨਹੀਂ ਇਹ ਤਾਂ ਤੁਸੀਂ ਪੁੱਛਦੇ ਨਹੀਂ ਕੰਜਰੋ ਕਿਉਂ ਨਹੀਂ ਲਾਉਂਦਾ ਬਾਈ ਅੱਗ ਉਹ ਮੈਂ ਇਸ ਕਰਕੇ ਨਹੀਂ ਲਾਉਂਦਾ ਕਿ ਅੱਜ ਤੋਂ 4-5 ਸਾਲ ਪਹਿਲਾਂ ਮੈਂ ਵੀ ਤੁਹਾਡੇ ਵਾਂਗੂ ਹਰ ਵਾਰੀ ਅੱਗ ਲਾਉਂਦਾ ਅੱਛਾ ਜਦੋਂ 4-5 ਸਾਲ ਪਹਿਲਾਂ ਮੈਂ ਆਪਦੇ ਖੇਤ ਅੱਗ ਲਾਉਣ ਗਿਆ ਤਾਂ ਮੈਂ ਅੱਗ ਲਾਤੀ ਪਰ ਬਾਅਦ ਮੈਂ ਕੀ ਵੇਖਿਆ ਕਿ ਮੇਰੇ ਖੇਤ ਦੀ ਵੱਟ ਦੇ ਉੱਤੇ ਨਾ ਟਟੀਰੀ ਦਾ ਆਲਣਾ ਸੀਗਾ ਅਤੇ ਉਹਦੇ ਵਿੱਚ ਉਹਦੇ 4 ਬੱਚੇ ਸੀ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਹੋ ਗਈਆਂ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਉਹਨਾਂ ਬੱਚਿਆਂ ਨੂੰ ਬਚਾ ਸਕਾਂ ਪਰ ਅਫਸੋਸ ਉਹ ਸਾਰੇ ਬੱਚੇ ਉਹਦੇ ਵਿੱਚ ਸੜ ਕੇ ਸਵਾ ਇੱਥੋਂ ਤੱਕ ਕਿ ਉਹਨਾਂ ਦੀ ਮਾਂ ਟਟੀਰੀ ਜਿਹੜੀ ਉੱਡ ਸਕਦੀ ਸੀ ਪਰ ਉਹਦੀ ਮਮਤਾ ਮੈਂ ਦੇਖੀ ਉਹ ਵੀ ਉਹਨਾਂ ਦੇ ਨਾਲ ਸੜ ਕੇ ਸਵਾ ਉਸ ਘਟਨਾ ਨੇ ਮੈਨੂੰ ਇਹਨਾਂ ਧੁਰ ਅੰਦਰ ਤੱਕ ਲੋਂਦਰ ਕੇ ਰੱਖ ਦਿੱਤਾ ਅਤੇ ਉਸ ਤੋਂ ਬਾਅਦ ਮੈਂ ਕਦੇ ਅੱਗ ਨਹੀਂ ਲਾਈ ਕਦੇ ਅੱਗ ਨਹੀਂ ਲਾਈ ਯਾਰ ਤੂੰ ਬਾਈ ਪਰਾਲੀ ਇੰਨੀ ਜਿਹੜੀ ਇਕੱਠੀ ਹੁੰਦੀ ਹੈ ਯਾਰ ਉਹਦਾ ਕਰਦਾ ਕੀ ਆ ਓਏ ਕਰਨਾ ਕੀ ਆ ਪਹਿਲਾਂ ਕਿਹੜਾ ਆਹੀ ਕੁਛ ਕਰਦੇ ਸੀ ਅੱਛਾ ਆਪਣੇ ਦਾਦੇ ਪੜਦਾਦੇ ਜਿਵੇਂ ਖੇਤੀ ਕਰਦੇ ਸੀ ਮੈਂ ਸਾਰਾ ਕੁਝ ਉਵੇਂ ਕਰਨ ਲੱਗ ਗਿਆ ਆਹ ਖੇਤੀ ਵਿਰਾਸਤ ਵਾਲਾ ਮੁੰਡਾ ਮਿਲਿਆ ਸੀ ਇੱਕ ਦਿਨ ਮੈਨੂੰ ਠੀਕ ਆ ਉਹਦੇ ਨਾਲ ਗੱਲਬਾਤ ਹੋਈ ਥੋੜ੍ਹੀ ਬਹੁਤੀ ਨਾ ਪੁੱਤ ਪਾਣੀ ਖੇਤੀ ਲੰਘੇ ਰੱਖ ਲੈਂਦੇ ਉਹਦੇ ਨਾਲ ਗੱਲਬਾਤ ਹੋਈ ਕੁਝ ਗੱਲਾਂ ਮੈਨੂੰ ਦੱਸ ਕੇ ਗਿਆ ਸੀਗਾ ਉਹ ਇੱਧਰਲੇ ਸਾਈਡ ਤੇ ਹੁਣ ਮੈਂ ਕੀ ਕਰਦਾ ਝੋਨਾ ਵੱਢ ਲੈਣਾ ਤੁਹਾਡੇ ਵਾਂਗ ਕਾਚਿਆਂ ਦੇ ਵਿੱਚ 35 ਕਿਲੋ ਦਾ ਸਿੱਟਾ ਦੇ ਦੇਣਾ ਅਤੇ ਆਹ ਜਿਹੜਾ ਰੀਪਰ ਆ ਉਹ ਫੇਰ ਦੇਣਾ ਉੱਪਰ ਬਸ ਮੈਕਰ ਜਾਂ ਲਾ ਲਈਦਾ ਅਤੇ ਪਾਣੀ ਲਾ ਲਈਦਾ ਅਤੇ ਹਰੀ ਹੋ ਜਾਂਦੀ ਹੈ ਇਹ ਗੱਲ ਪਹਿਲਾਂ ਵੀ ਹੋਈ ਸੀ ਬਾਈ ਨਾਲੇ ਆ ਤਰੀਕੇ ਨਾਲ ਕਹਿੰਦੇ ਵੀ ਘੱਟ ਹੋਊਗਾ ਹੋਰ ਕਾਨੂੰਨ ਘੱਟ ਹੋਊਗਾ ਕੋਈ ਵੀ ਗੱਲ ਆ ਬਾਈ ਮੇਰੀ ਗੱਲ ਸੁਣ ਹੁਣ ਜੇ ਆਪਣੇ ਪਿੰਡ 'ਚ ਬੰਦਾ ਕੋਈ ਨਸ਼ਾ ਕਰਦਾ ਜੇ ਆਪਾਂ ਨੂੰ ਕਹਿ ਦੀ ਤੂੰ ਆਹ ਨਸ਼ਾ ਛੱਡ ਦੇ ਛੱਡ ਦੋ ਨਹੀਂ ਛੱਡਦਾ ਘਟਾਉਣਾ ਪੈਂਦਾ ਹੌਲੀ ਹੌਲੀ ਜੇ ਉਹ ਵਧੀਆ ਪੀਂਦਾ ਆਪਾਂ ਨੂੰ ਕਹਿੰਦਾ ਪੰਗਾ ਪੀ ਲਾ ਥੋੜ੍ਹੀ ਪੀ ਲਾ ਘੱਟ ਕਰ ਲਾ ਇੱਥੇ ਲੈਣਾ ਆਏ ਆਪਣੀ ਆ ਜ਼ਮੀਨ ਇਹ ਵੀ ਹੁਣ ਨਸ਼ੇ 'ਤੇ ਲੱਗ ਚੁੱਕੀ ਆ ਜਦੋਂ ਪਹਿਲੀ ਵਾਰ ਤਜਰਬਾ ਕਰਾਂਗੇ ਮਾੜਾ ਮੋਟਾ ਫਰਕ ਪਊਗਾ ਪਰ ਜਿਉਂ ਜਿਉਂ ਤਜਰਬਾ ਵਧੀ ਜਾਊਗਾ ਤਾਂ ਸਾਰਾ ਕੁਝ ਠੀਕ ਹੋਜੂ ਇਹਦੀ ਉਪਜ ਵੀ ਠੀਕ ਹੋਜੂ ਹੁਣ ਤੂੰ ਮੇਰੀ ਗੱਲ ਸੁਣ ਜਦੋਂ ਮੈਂ ਉਹ ਸਿੱਟਾ ਦੇ ਦਿੰਦਾ ਪਾਣੀ ਲਾ ਦਿੰਦਾ ਉਹ ਜਿਹੜੀ ਪਰਾਲੀ ਪਰੂਲੀ ਹੁੰਦੀ ਆ ਵਿੱਚ ਹੀ ਗਲ ਜਾਂਦੀ ਆ ਉਹਦੀ ਖਾਦ ਬਣ ਜਾਂਦੀ ਆ ਕਣਕ ਵਧੀਆ ਨਿਕਲਦੀ ਆ ਝਾੜ ਵੀ ਵਧੀਆ ਨਿਕਲਦਾ ਤੂੜੀ ਵੀ ਵਧੀਆ ਬਣ ਜਾਂਦੀ ਆ ਅਤੇ ਹੋਰ ਗੱਲ ਜਿਹੜੀ ਖੇਤ ਦੀ ਨਮੀ ਆ ਉਹ ਵੀ ਠੀਕ ਰਹਿੰਦੀ ਆ ਸਾਰਾ ਵਾਤਾਵਰਨ ਵਧੀਆ ਰਹਿੰਦਾ ਅਤੇ ਨਾਲੇ ਆਹ ਜਿਹੜੇ ਚੂਹੇ ਚਾਹੇ ਆ ਨਾਲੇ ਤਾਂ ਮੌਸਮ ਠੰਡਾ ਹੋ ਜਾਂਦਾ ਨਾਲੇ ਉਹ ਪਰਾਲੀ ਦੀ ਠੰਡ ਹੋ ਜਾਂਦੀ ਆ ਚੂਹਾ ਵੀ ਨਹੀਂ ਕੋਈ ਆਉਂਦਾ ਇਹ ਤਾਂ ਗੱਲ ਠੀਕ ਆ ਬਾਈ ਤੇਰੀ ਅਸੀਂ ਤਾਂ ਕਿੰਨੇ ਸਾਲ ਹੋ ਗਏ ਅਸੀਂ ਦੋਨੇ ਤਾਂ ਜਾਂਦੇ ਆ ਖੇਤ ਅੱਗ ਲਾ ਕੇ ਮੁੜੇ ਹੋਣੇ ਹੋ ਭਰਾਵੋ ਮੈਂ ਵੀ ਤੁਹਾਨੂੰ ਦੱਸੀ ਜਾਂਦਾ ਵੀ ਤੁਹਾਡੇ ਵਾਂਗੂ ਅੱਗ ਲਾ ਦਿੰਦਾ ਸੀ ਪਰ ਅੱਗ ਲਾਉਣ ਨਾਲ ਜਿੱਥੇ ਆਪਾਂ ਇਹਦੀ ਉਪਜ ਘਟਾਉਂਦੇ ਆ ਉੱਥੇ ਇਹਦੇ ਨਾਲ ਨਾਲ ਜਿਹੜੇ ਆਪਣੇ ਮਿੱਤਰ ਕੀੜੇ ਹੁੰਦੇ ਆ ਨਾ ਇਹਦੇ ਵਿੱਚ ਉਹ ਵੀ ਮਾਰ ਦਿੰਦੇ ਆ ਮਿੱਤਰ ਕੀੜੇ ਹਾਂ ਮਿੱਤਰ ਕੀੜੇ ਉਹ ਮਿੱਤਰ ਤਾਂ ਯਾਰ ਆਪਾਂ ਦਾ ਯਾਰ ਦੋਸਤ ਸੁਣਿਆ ਵੀ ਮਿੱਤਰ ਹੁੰਦੇ ਆ ਕੀੜੇ ਵੀ ਆਪਣੇ ਮਿੱਤਰ ਹੁੰਦੇ ਆ ਉਹ ਦੇਖ ਜਿਵੇਂ ਆਪਣੇ ਬੰਦਿਆਂ 'ਚ ਇਨਸਾਨਾਂ 'ਚ ਯਾਰੀ ਦੋਸਤੀ ਹੁੰਦੀ ਆ ਉਵੇਂ ਜਿਹੜੇ ਇਹ ਕੀੜੇ ਆ ਇਹ ਵੀ ਯਾਰ ਦੋਸਤ ਹੁੰਦੇ ਆ ਜਿਹੜਾ ਬੰਦਾ ਕਿਸੇ ਨਾਲ ਪਿਆਰ ਕਰਦਾ ਉਹੀ ਯਾਰ ਦੋਸਤ ਹੁੰਦਾ ਜਿਹੜਾ ਕਿਸੇ ਦੀ ਮਦਦ ਕਰਦਾ ਉਹੀ ਯਾਰ ਦੋਸਤ ਹੁੰਦਾ ਆਹੀ ਇਹ ਕੀੜੇ ਆ ਆਹ ਜਿਹੜੀ ਫਸਲ ਆਪਣੀ ਇਹਦੇ ਵਿੱਚ ਕਈ ਜ਼ਹਿਰੀਲੇ ਕੀੜੇ ਹੁੰਦੇ ਆ ਜਿਹੜੀਆਂ ਆਪਣੀਆਂ ਫਸਲਾਂ ਦਾ ਨੁਕਸਾਨ ਕਰਦੇ ਆ ਪਰ ਕੁਝ ਕੀੜੇ ਅਜਿਹੇ ਆ ਜਿਹੜੇ ਉਹ ਕੀੜਿਆਂ ਨੂੰ ਖਾ ਜਾਂਦੇ ਆ ਜਿਹੜੀਆਂ ਆਪਣੀਆਂ ਫਸਲਾਂ ਦਾ ਨੁਕਸਾਨ ਕਰਦੇ ਆ ਹੁਣ ਜਿਹੜੇ ਉਹ ਕੀੜੇ ਉਹਨਾਂ ਕੀੜਿਆਂ ਨੂੰ ਖਾਂਦੇ ਆ ਉਹ ਆਪਣੇ ਮਿੱਤਰ ਹੋਏ ਨਾ ਹਾਂ ਇਹ ਤਾਂ ਗੱਲ ਹੈ ਬਾਈ ਤਾਂ ਸਾਨੂੰ ਅੱਜ ਪਤਾ ਲੱਗ ਗਿਆ ਇਹੀ ਆ ਵੀ ਜਦੋਂ ਆਪਾਂ ਅੱਗ ਲਾਉਂਦੇ ਆ ਤਾਂ ਉਹ ਜਿਹੜੇ ਮਿੱਤਰ ਕੀੜੇ ਆ ਉਹ ਵੀ ਸੜ ਕੇ ਸਵਾਹ ਹੋ ਜਾਂਦੇ ਆ ਇਹ ਤਾਂ ਫਿਰ ਠੀਕ ਆ ਬਾਈ ਤੇਰੀ ਗੱਲ ਇਸ ਕਰਕੇ ਮੈਂ ਅੱਗ ਨਹੀਂ ਲਾਉਂਦਾ ਤੁਸੀਂ ਬਣਾ ਲਾਓ ਯਾਰ ਚੱਲ ਜਰ ਆਪਾਂ ਚੱਲੀਏ ਉੱਚੀ ਬੋਲ ਪਾਪਰਾ ਚੱਲ ਜਰ ਆਪਾਂ ਚੱਲੀਏ ਐਵੇਂ ਬੋਲੀ ਜਾਂਦਾ ਤਾਂ 5 ਰੁਪਏ ਦੀ ਡੱਬੀ ਲੈ ਕੇ ਚੱਕ ਅੱਗ ਲਾ ਕੇ ਪਰੇ ਹੋਵਾਂਗੇ ਹੋਰ ਯਾਰ ਕੌਣ ਕਿੰਨਾ ਮੱਥਾ ਮਾਰੂ ਕਿੱਥੇ ਯਾਰ ਉਹ ਗੱਲ ਤਾਂ ਸੁਣ ਬੰਦੀ ਮੇਰੀ ਯਾਰ ਤੂੰ ਤਾਂ ਯਾਰ ਗੁੱਸਾ ਹੀ ਕਰ ਗਿਆ ਮੈਂ ਤਾਂ ਹੱਦ ਆਈ ਤੁਹਾਡੇ ਨਾਲ ਤੁਸੀਂ ਮੇਰੀ ਗੱਲ ਸੁਣੋ ਤੁਹਾਡੀ ਜ਼ਮੀਨ ਆ ਤੁਹਾਡੀ ਪਰਾਲੀ ਆ ਜਦੋਂ ਮਰਜ਼ੀ ਅੱਗ ਲਾ ਦਿਓ ਹੈ ਤਾਂ ਇੰਨਾ ਦਿਨ ਪਿਆ ਪਰ ਮੇਰੀ ਗੱਲ ਇੱਕ ਧਿਆਨ ਨਾਲ ਸੁਣੋ ਅੱਜ ਆਪਣੇ ਗੁਰੂ ਘਰ ਨਾ ਆਹ ਖੇਤੀ ਵਿਰਾਸਤ ਵਿੱਚ ਨਾਲੇ ਆਏ ਪਏ ਆ ਖੇਤੀ ਕੁਦਰਤੀ ਖੇਤੀ ਵਾਲੇ ਗੁਰੂ ਘਰ ਹਾਂ ਉਹਨਾਂ ਦਾ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਤੁਸੀਂ 5 ਮਿੰਟ ਸੁਣ ਲਿਓ ਫਿਰ ਜਾ ਕੇ ਅੱਗ ਲਾ ਦਿਓ ਕਿਉਂ ਪਾਰਟੀ ਚੱਲੀ ਤੂੰ ਦੱਸ ਯਾਰ ਉਹ ਚੱਲ ਆਉਣੇ ਆ ਅੱਗਾ ਭਾਤ ਨੇ ਲਾ ਆ ਜੇ ਮੇਰੀ ਇੰਨੀ ਗੱਲ ਮੰਨ ਚੱਲ ਚੱਲ ਹਾਂਜੀ
मेरे किसान ते भैनों भरावो अज असीं इत्थे एक खास मुद्दे ते कट्ठे होए आ। कट्ठे होना भी बहुत जरूरी सी क्योंकि साडा वातावरण ते आला दुआला बहुत गंदला हो रहा है। सानू तरह तरह दीआं भयानक बीमारियां ने घेर लिया है। जिथे सानू तरह तरह दीआं प्रणाली नूं अग लाउण करके तरह तरह दीआं भयानक बीमारियां दा सामना करना पैंदा, उत्थे असीं अपनी फसल दा वी खात्मा कर लैंदे आ। पराली नूं अग लाउण नाल चारे पासे धुआं हो जांदा, धुआं ही धुआं, 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 धुआं ही धुआं। जदों पराली नूं अग लाउंदे तां चारे पासे आपां देखदे आं पंजाब दे विच धुआं धुआं। इहदे नाल जीव जंतु तां मरदे आ, पंछी तां मरदे ही आ, पर पिछली बार तुसीं ਸਾਰਿਆਂ ਨੇ ਵੇਖਿਆ ਪੜ੍ਹੇ ਲਿਖੇ ਬੈਠੇ ਹੋ ਕਿ ਕਿੱਡੀ ਵੱਡੀ ਘਟਨਾ ਵਾਪਰੀ ਸੀ। ਇੱਕ ਸਕੂਲ ਦੀ ਬੱਸ ਸਵੇਰੇ ਸਵੇਰੇ ਆ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਦੋਂ ਜਾ ਰਹੀ ਸੀ ਆਪਣੇ ਸਕੂਲ ਵੱਲ, ਤਾਂ ਜਿੱਥੇ ਅੱਗ ਲੱਗੀ ਹੋਈ ਸੀ ਧੂੰਆਂ ਬਹੁਤ ਜ਼ਿਆਦਾ ਸੀ। ਉੱਥੇ ਉਹ ਡਰਾਈਵਰ ਨੂੰ ਪਤਾ ਨਹੀਂ ਲੱਗਿਆ ਮੂਹਰੇ ਕੀ ਆ, ਅਤੇ ਉਹ ਜਿਹੜੀ ਬੱਸ ਸੀ ਉਹ ਹਾਦਸੇ ਦਾ ਸ਼ਿਕਾਰ ਹੋ ਗਈ, ਅਤੇ ਉਸ ਬੱਸ ਨੂੰ ਅੱਗ ਚੜ੍ਹ ਗਈ ਸੀ ਅਤੇ ਕਿੰਨੇ ਮਾਸੂਮ ਬੱਚਿਆਂ ਦੀਆਂ ਜਾਨਾਂ ਉਹਦੇ ਵਿੱਚ ਚਲੀਆਂ। ਉਹ ਮਾਸੂਮ ਬੱਚੇ ਜਿਨ੍ਹਾਂ ਨੂੰ ਆਪਦੇ ਮਾਂ ਪਿਓ ਨੇ ਸਵੇਰੇ ਤਿਆਰ ਕਰਕੇ ਟਿਫਨ ਪੈਕ ਕਰਕੇ ਭੇਜਿਆ ਸੀਗਾ ਸਕੂਲ ਦੀ ਖਾਤਰ, ਜਿਨ੍ਹਾਂ ਹੱਥਾਂ ਨਾਲ ਬੱਸ 'ਚ ਚੜਾਇਆ ਸੀ ਉਹਨਾਂ ਹੱਥਾਂ ਵਿੱਚੋਂ ਬਾਹਰ ਦੇ ਬੱਚੇ ਦੀਆਂ ਲਾਸ਼ਾਂ ਲੈ ਕੇ ਬਾਹਰ ਸਨ। ਇਸ ਤਰ੍ਹਾਂ ਦੀਆਂ ਘਟਨਾਵਾਂ ਘਟ ਜਾਂਦੀਆਂ ਨੇ, ਬਹੁਤ ਵੱਡੀ ਪੱਧਰ 'ਤੇ ਐਕਸੀਡੈਂਟ ਹੋ ਜਾਂਦੇ ਨੇ। ਪਿੱਛੇ ਜੇ ਤੁਸੀਂ ਦੇਖਿਆ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਾਈ, ਉਸ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸੀ ਕਿ ਚਾਰੇ ਪਾਸੇ ਧੂੰਹਾਂ ਹੀ ਧੂੰਹਾਂ। ਉਸ ਦੇ ਨਾਲ ਖੇਤ ਦੇ ਨਾਲ ਇੱਕ ਗਰੀਬ ਬੰਦੇ ਦੀ ਝੌਂਪੜੀ ਸੀ, ਉੱਥੇ ਇੱਕ ਛੋਟੀ ਜਿਹੀ ਬੱਚੀ ਖੇਡ ਰਹੀ ਸੀ। ਹੱਕ ਦੀਆਂ ਲਪਟਾਂ ਇੰਨੀਆਂ ਤੇਜ਼ ਸੀ ਕਿ ਧੂੰਹੇ ਨਾਲ ਉਹ ਬੱਚੀ ਡਰ ਕੇ ਸਹਿਮ ਗਈ ਅਤੇ ਪਲੰਗ ਦੇ ਹੇਠਾਂ ਲੁੱਕ ਗਈ। ਹੱਕ ਦੀਆਂ ਲਪਟਾਂ ਇੰਨੀਆਂ ਤੇਜ਼ ਸੀ ਕਿ ਪਲੰਗ ਦੇ ਨਾਲ ਉਹ ਬੱਚੀ ਵੀ ਸੜ ਕੇ ਸਵਾਹ ਹੋ ਗਈ। ਸਾਨੂੰ ਮਾਫ਼ ਕਰੀ ਬਾਬਾ ਨਾਨਕ, ਅਸੀਂ ਤੇਰੀ ਗੱਲ ਨਹੀਂ ਮੰਨੀ। ਸਾਨੂੰ ਮਾਫ਼ ਕਰੀ ਬਾਬਾ ਨਾਨਕ, ਅਸੀਂ ਤੇਰੀ ਗੱਲ ਨਹੀਂ ਮੰਨੀ। ਸਾਨੂੰ ਮਾਫ਼ ਕਰੀ ਬਾਬਾ ਨਾਨਕ, ਅਸੀਂ ਤੇਰੀ ਗੱਲ ਨਹੀਂ ਮੰਨੀ। ਸਾਨੂੰ ਮਾਫ਼ ਕਰੀ ਬਾਬਾ ਨਾਨਕ, ਅਸੀਂ ਤੇਰੀ ਗੱਲ ਨਹੀਂ ਮੰਨੀ। ਸਾਨੂੰ ਮਾਫ਼ ਕਰੀ ਬਾਬਾ ਨਾਨਕ, ਅਸੀਂ ਤੇਰੀ ਗੱਲ ਨਹੀਂ ਮੰਨੀ। ਮੈਂ ਪੰਜਾਬ ਬੋਲਦਾ ਪੰਜਾਬ ਬੋਲਦਾ।